स्वागत है। कल आप लैके आए सीगे रब थोड़ा भला करे कि मंजा ते चढ़ाने वाले शाल ते चादरां दे ओ की सी मम्मी की सी रजाइयां दे शाल ते तलाइयां। हाँ जी हाँ जी हाँ जी, वह लैके आए थे तो कल वाले जो ब्लॉग पिछला से वह जवाब उ जरा तुम क्या रेल गड्डी ज्यादा ने गलत किया तो रेल गड्डी से अज की कहावत तो डेली की आमन अज की कहावत एक रुख ते बारह डाल एक रुख ते बारह टाण टाण ती ती पत्तर टाणी नाल ती ती पत्तर टाणी नाल एदा की जवाब है। सो इस दे नाल नाल ए प्रभ नौ प्रभ नूर कौर खोसा ते जुवी सिंह मांडा हाथ बार कर दे पत्तमीजा सत श्री अकाल लव यू ने वा ਔਰ ਥੈਂਕ ਯੂ ਇੱਥੇ ਬੈਠਾ ਹੋਣਾ ਰਾ ਇੱਧਰ ਆਣ ਕੇ ਤਾਂ ਕੱਪੜਾ ਚੜਾ ਮੇਰੇ ਨਾਲ ਆਉਂਦਾ ਵਾ ਬਲੌਕ ਬਣਾ ਕੇ ਗਾਂ ਤੁਰ ਜਾਂਦਾ ਤੇ ਲੋਕਾਂ ਕੋਲੇ ਬਣਾ ਲੈਂਦਾ ਆਪਦੇ ਨੰਬਰ ਵੀ ਬਸ ਮੈਂ ਹੀ ਕੰਮ ਕਰਦਾ ਮੈਂ ਹੀ ਕਰਦਾ ਟੱਕਾ ਤੋੜ ਕੇ ਦੂਰਾ ਨਹੀਂ ਕਰਨਾ ਗਾ ਸਾਰਾ ਵਿਹਲਾ ਆਣ ਕੇ ਬਲੌਕ ਬਣਾ ਕੇ ਤੇ ਗਾਂ ਦੀ ਗਾਂ ਜਾਂਦਾ ਵਾ ਜੁਵੀ ਡੱਕਾ ਲੈ ਕੇ ਆ ਤੋੜ ਕੇ ਤਿੰਨ ਚਾਰ ਟੋਟੇ ਕਰਕੇ ਦੂਰੇ ਦੀ ਗੱਲ ਕੀ ਕਰਦੀ ਤੂੰ ਛੇਤੀ ਲੈ ਕੇ ਆ ਡੱਕਾ ਮੰਮੀ ਤੂੰ ਸੌਂ ਵੀ ਵੇਖ ਪੈਂਦੀਆਂ ਤਾਂ ਤੇਰੇ ਵੀ ਪੈਂਦੀਆਂ ਮੰਮੀ ਸੌਂ ਖਾ ਤੂੰ ਮੈਂ ਕਦੇ ਕੰਮ ਨਹੀਂ ਕਰਾਇਆ ਤੇ ਤੂੰ ਕੀ ਕਰਾਂ ਹਜ਼ਾਰ ਸੌਂ ਖਾ ਆ ਨਾਲ ਕੌਣ ਲੈ ਕੇ ਗਿਆ ਕੱਲ ਤੈਨੂੰ चौरा ठीक जिदा की तानू पता ही अज थोड़ा आप गुरशरण सिंह जानी की हरजीत कौर का मुंडा हरजीत कौर पाले की कुड़ी जानी कि हरजीत कौर मेरी मम्मी इन्हां दे नाल आपां रल के अज मंजिआं दीआं चादरां ओह सॉरी गुलाब ला रहे आ मतलब गुलाब मंजे दे थोड़ी मंजे दे कपड़ा हुंदा जिहड़ी ठंड लग जांदी आ उस तरह आपां ओ फिरे मुंह ओयो मजो मजो बड़े हट्टी यार मैं इक ठोकी ना ते बत्ती दे बत्ती करे बाहर आ जाणी आ हुण छड़ा मेरे तों मुड़ के लत्त जी तड़ा के ते बह जाएगा दंदी वड़ दे मम्मी हां यार रही जिमनास्टिक दी मम्मी चक दिए चाड़ा मारन दी जी क्या डके दूरे तीरे कर तो मजड़ ही होता चढ़ गया सा तेन मंजे ते चढ़ा चंगी तरह मंजे तो अगां खिच के तां लैके चल हुण इधर चढ़दा चादर बनिया रहा खान खिजिया वाला नहीं करना आ चक पुठा चढ़ाई जाना वा मेरे प्यो ने नहीं दिते तेरा प्यो तो दे दिंदा की करके आया सारे साडे पूरे दे पूरे आए आ की कीता सुख बनाया कर संधू परिवार च आई है किथे तेरी जिंदगी ही मज्जा च तू सारे भैन भरा मज्जा च घोलदे वेखे मैं कदे कोई मज दी पूछ पड़ी फिरदा कोई सिंह
ਮੱਝਾਂ ਦਾ ਕੰਮ ਕੋਈ ਮਾੜਾ ਨਹੀਂ ਕਰਦਾ ਕੰਮ ਮਾੜਾ ਨਹੀਂ ਸਲੀਕਾ ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਚੋਰੀ ਮਿਹਣਾ ਹੁੰਦਾ ਯਾਰੀ ਮਿਹਣਾ ਹੁੰਦਾ ਕੰਮ ਕਰਦਾ ਕੋਈ ਮਿਹਣਾ ਅਸੀਂ ਵੀ ਵੀ ਚੋਈਆਂ ਮੱਝਾਂ ਅਸੀਂ ਵੀ 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 ਮੱਝਾਂ ਚੋ ਚੋ ਕੇ ਇੱਥੇ ਬੈਠੇ ਆ ਤਾਂ ਫੇਰ 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 ਹੁਣ ਦਿਨਾਂ ਦਾ ਫਰਕ ਹੁੰਦਾ ਦਿਨਾਂ ਦਾ ਫਰਕ ਨਹੀਂ ਤੇ ਉਦੋਂ ਤੁਹਾਡੇ ਬਰਫ਼ ਪੈਂਦੀ ਸੀ ਹੋਰ ਨਹੀਂ ਤਾਂ ਸਾਡੇ ਇੱਥੇ ਛੇਕ ਪੈਂਦਾ ਹੁਣ ਆਹ ਵੇਖ ਲਓ ਸਿੱਖਿਆ ਆਹ ਕੀ ਕੀਤਾ ਆਹ ਸਿਖਾਇਆ ਤੈਨੂੰ ਪਾਲੇ ਨੇ ਇਹ ਤੂੰ ਕੀਤਾ ਜੋ ਕੁਝ ਕੀਤਾ ਮਿੰਤੀ ਬੰਦਾ ਪੂਰੀ ਮਾਰੇ ਮੇਰਾ ਸਾਰਾ ਮੁੱਖ ਮੁੜਕੀ ਹੋ ਗਿਆ ਮੈਂ ਮਿੰਤੀ ਕਰਕੇ ਤੂੰ ਗਿਆ ਥਾਨ ਐਡਾ ਸੀ ਮੈਂ ਸਾਰੇ ਪੂਰੇ ਦੇ ਪੂਰੇ ਮੰਜਿਆਂ ਨੂੰ ਚੜਾਈ ਦੋਦਰ ਦਾ ਚਿੱਟਾ ਰੰਗ ਸੀ ਮੇਰਾ ਤੂੰ ਇੱਕ ਇੱਕ ਕੰਮ ਕਰਵਾ ਕਰਵਾ ਕਾਲਾ ਕਰਤਾ ਦੋ ਕਿੱਠਾ ਘੱਟ ਘੱਟ ਕੇ ਲੈ ਗਿਆ ਦੋਦਰ ਦਾ ਚਿੱਟਾ ਰੰਗ ਸੀ ਜੱਟਦਾ ਕਰਵਾ ਕਰਵਾ ਕੰਮ ਕਾਲਾ ਕਰਤਾ ਹੀ ਇਹਦਾ ਵਿਆਹ ਉਹ ਗੱਡੀ ਚੱਕਦਾ ਐਨੂੰ ਉਧਰੋਂ ਚੱਕਦਾ ਆਉਣੂ ਮੈਨੂੰ ਕਦੇ ਜਿੱਧਰੋਂ ਮੈਨੂੰ ਗੱਡੀ ਉਧਰ ਫੜਾਉਣੀ ਆਪਾਂ ਆ ਲੈਣ ਚੱਲੀਏ ਗੁੱਗੂ ਆ ਲੈਣ ਚੱਲੀਏ ਤੇ ਫਿਰ ਪੈਸੇ ਗੁੱਗੂ ਨੇ ਦੇਣੇ ਹੁੰਦੇ ਤਾਂ ਕਰਕੇ ਮੇਰੇ ਗੁੱਗੂ ਨੇ ਜਾਣਾ ਨਹੀਂ ਕਰਦਾ ਗੁੱਗੂ ਵੱਡਾ ਕਾ ਲਈਏ ਫਿਰ ਘਰੇ ਵੱਡੇ ਨੂੰ ਟੰਗ ਦੋ ਫਾ ਪਾਣੀ ਲੈ ਆਓ ਥਾ ਚੜ ਗਿਆ ਹਾਂ ਭਾਈ ਨੂੰ ਆ ਕੱਪੜਾ ਤਾਂ ਪੂਰਾ ਕਰ ਚੁੰਡੀ ਵਰਤੀ ਹੂੰ ਹਾਂ ਚੁੰਡੀ ਵਰਦੀ ਹੈ ਦੂਜੇ ਮੰਜੇ ਨੂੰ ਚੜਾ ਦਾਂਗੇ ਚੜਾ ਦੇ ਇਹਨੂੰ ਵੱਧ ਹੁਣ ਕੱਟ ਕੇ ਲਿਆ ਦੂਜੇ ਨੂੰ ਹੈ ਇਹਨੂੰ ਹੁਣ ਨਿੱਕੇ ਮੰਜੇ ਤੇ ਚੜਾ ਦੇ ਇਹ ਖੁੱਲਾ ਹੋ ਗਿਆ ਹੁਣ ਉਹ ਪਰਲੇ ਚੌੜਾ ਮੰਜਾ ਉਹਨਾਂ ਹੀ ਇਹਦੇ ਤੇ ਚੜ ਜਾਣਾ ਆ ਵੇਖ ਲਾ ਆ ਵੇਖ ਲਾ ਤੇਰੇ ਮੁੰਡੇ ਲਾਇਆ ਤੇਰਾ ਫਿਰ ਤਾਂ ਗਲਾਸ ਹੀ ਆਇਆ ਕਰਦਾ ਤੇ ਜਦੋਂ ਤੂੰ ਉਹਨੂੰ ਖਿੱਚ ਖਿੱਚ ਢਿੱਲਾ ਕਰਦਾ ਤੇ ਉਹਨੇ ਢਿੱਲਾ ਹੀ ਹੋਣਾ ਮੰਮੀ ਦੇ ਕਈ ਰਿਸ਼ਤੇਦਾਰ ਪਤਾ ਕਿੱਦਾਂ ਤੁਰਦੇ ਆ ਮੰਨ ਲਓ ਪਾਣੀ 'ਚ ਟੁੱਟਾ ਛਿੱਤਰ ਨਹੀਂ ਸੱਟਿਆ ਹੁੰਦਾ ਐ ਤੁਰਦੇ ਆ ਵੱਖਰੇ ਵੱਖਰੇ ਤੇ ਤੇਰੇ ਵੀ ਉਹੀ ਲੱਗਦੇ ਆ ਮੇਰੇ ਰਿਸ਼ਤੇਦਾਰ ਮੰਮੀ ਦੇ ਆ ਜਦੋਂ ਡਿੱਗਿਆ ਤਾਂ ਆ ਤੇਰੀ ਗੱਲ ਗਲਤ ਆ ਤੈਨੂੰ ਅਸੀਂ ਲਿਆਂਦਾ ਇੰਨੀ ਵਜਨਦਾਰ ਨੂੰ ਤੈਨੂੰ ਗੱਡੀ 'ਚ ਲੱਦ ਕੇ ਲਿਆਈ ਗੱਡੀ ਲਿਆਈ ਬਹੁਤ ਪਤਲੀ ਸੀ ਫੁੱਲ ਵਰਗੀ ਵਾ ਕਿਤੇ ਮੰਮੀ ਫੂਕ ਮਾਰਿਆ ਤਾਂ ਹਵਾ 'ਚ ਉੱਡ ਜਾਂਦੀ ਸੀ ਰੱਸਾ ਪਾ ਕੇ ਬਾਹਰ ਜਾਂਦੀ ਸੀ ਅਗਲੀ ਨੇ ਇੱਥੇ ਵੀ ਬਥੇਰਾ ਕੰਮ ਕੀਤਾ ਇੱਥੇ ਵੀ ਕੰਮ ਅਗਲੀ ਨੇ ਬਥੇਰਾ ਕੀਤਾ ਸੀ ਬਹੁਤ ਪਤਲੀ ਹੁੰਦੀ ਸੀ ਮੰਮੀ ਇਹ ਬਹੁਤ ਸਿਫਤਾਂ ਕਰਦੀ ਸਾਸੇ ਦੀ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਇਹਨੂੰ ਤੁਸੀਂ ਸ਼ਰਮ ਕਰ ਲਓ ਉਹਨੂੰ ਵੇਖ ਕੇ ਖੁੱਲੀਆਂ ਪੰਜਾਬ ਮੋਗਿਓ ਚੁੰਡੀਆਂ ਮੰਗਾ ਕੇ ਦਿੰਦੇ ਹੁੰਦੇ ਸੀ ਇਹਨੂੰ ਆਦੀ ਪਸੰਦ ਮੈਂ ਕਟਾਵਾਂ ਪੂਰੇ ਮੈਚਾ ਕਰਕੇ ਫੜਾ ਕੈਂਚੀ ਮੈਨੂੰ ਆ ਵੇਖ ਲਓ ਸਾਰੇ ਵੇਖਦੇ ਨਾ ਹੁਣ ਵੇਖੀ ਮੈਂ ਵਿਛਾ ਲਿਆ ਨਾ ਇਹਨੂੰ ਚੱਕ ਕੇ ਤਾਂ ਵਿਖਾ ਜੇ ਨਾ ਦੰਦਲ ਪੈ ਜੇ ਥਾਂ ਤੇ ਚੱਕ ਚੁੱਕ ਕੇ ਰੱਖਾਂ ਮੈਂ ਤੇ ਕੱਟਣ ਕੁੱਟਣ ਨੂੰ ਤੂੰ ਚੱਲ ਜਾ ਜਾਂ ਕੱਟ ਤੁਹਾਡੀ ਉਮਰ ਜਿੰਨੀ ਸੀ ਮਨ ਮਨ ਡੇਢ ਡੇਢ ਮਨ ਭਾਰ ਚੁੱਕ ਲਈ ਸੀ ਤੇਰਾ ਤਾਂ ਨਾਂ ਲਿਖਿਆ ਨਾ ਮੋਗੇ ਦੇ ਉੱਤੇ ਚੁੰਗੀ ਦੇ ਚੱਕਿਆ 40 ਕਿਲੋ ਚੱਕਿਆ ਅਗਲੀ ਵਾਰੀ 50 ਕਿਲੋ ਲਿਖਿਆ ਸੀ ਕਿੱਥੇ ਲਿਖਿਆ ਸੀ ਅਗਲੀ ਤੂੰ 2 ਕਿਲੋ ਨਹੀਂ ਚੁੱਕ ਸਕਦਾ ਮੰਮੀ ਤੇਰੇ ਤੋਂ 2 ਕਿਲੋ 26-27 ਕਿਲੋ ਆ ਜਫੜਾ ਆ ਚੱਕ ਮੰਮੀ ਕਹਿੰਦੀ ਸੀ ਨਾ ਇਹ ਭਾਰਾ ਨਹੀਂਗਾ ਪਰ ਫਿਰ ਜਫੜਾ ਆ ਚੱਕ ਲਾ ਵੀ ਚੱਕ ਲਾ ਥੱਲੇ ਸੁੱਟ ਕੇ ਰੋਲ ਦੇਗਾ ਸਾਰਾ ਇਹਨੂੰ ਇਹ ਤਾਂ ਚੱਕਿਆ ਨਹੀਂ ਗਿਆ ਤਾਂ ਆ ਵੇਖ ਲੋ ਹੁਣ ਇਹਦੀਆਂ ਗੱਲਾਂ ਹੋਰ ਆ ਕਹਿੰਦੇ ਤੇਰਾ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਸੇਮ ਆ ਕਰਨਾ ਨਹੀਂ ਸੌਖਾ ਕੰਮ ਹੱਥੀ ਕਰਨਾ ਪੈਂਦਾ ਕਰਨਾ ਪੈਂਦਾ ਮੈਂ ਕਦੋਂ ਕਹਿੰਦੀ ਵੀ ਵੇਖਣਾ ਪੈਂਦਾ ਉੱਠੋ ਪਲੀਜ਼ ਉਹ ਮਾੜਾ ਜਾਟਾ ਸਟੈਂਡ ਅਪ ਭਾਈ ਉਹ ਭੁਜਗਾ ਖਾ ਖਾ ਕੇ ਢਾਉਣ ਤੋਂ ਭੁਜਗਾ ਤਾਂ ਲਾ ਉਹ ਵੀ ਵਿੱਚ ਹੀ ਰੱਖੀ ਫਿਰਦਾ ਵਾ ਤੁਹਾਡੇ ਸਾਹਮਣੇ ਆਪਣਾ ਮੜਾ ਗੀੜਾ ਕਢਾ ਖ ਮੜਾ ਮੰਜੀ ਦਾ ਫਿਰ ਮੈਂ ਗੱਲ ਕਰਾਂ ਆ ਵੇਖ ਲੋ ਵੱਡੀ ਸਿਆਣੀ ਨੇ ਮੰਨ ਲੋ ਕਿ ਅਜੀਤ ਕੌਰ ਨੇ ਕੱਟਿਆ ਤੇ ਹੋਰ ਇੰਨਾ ਘਟ ਗਿਆ ਸਾਡੇ ਮੈਂ ਤਾਂ ਕੱਟਿਆ ਨਹੀਂ ਮੈਂ ਤਾਂ ਪੂਰਾ ਰਖਾ ਕੇ ਗਈ ਸੀ ਕੱਟਣ ਲੱਗਿਆ ਤੂੰ ਗੇਟ ਘਟ ਕਰ ਦਿੱਤਾ ਵਾ ਨਹੀਂ ਮੰਮੀ ਸਟ੍ਰੈਚੇਬਲ ਆ ਖਿੱਚਿਆ ਜਾਂਦਾ ਵਾ ਕੋਈ ਨਹੀਂ ਕਿਹੜੇ ਕੰਜਰ ਨੇ ਘਟਾਇਆ ਮੈਂ ਇਹਨਾਂ ਨੇ ਵੰਦਰ ਜਿਹਨੇ ਘਟਾਇਆ ਗੁੱਗੂ ਕੁੱਤਾ ਕੱਟਣਾ ਹੀ ਨਹੀਂ ਆਉਂਦਾ ਮੈਂ ਪਹਿਲਾਂ ਗਈ ਪਾਲੇ ਨਾਲ ਗੱਲ ਕਰਨੀ ਜਾ ਕੇ ਇਹਨੂੰ 10 ਕਲਾਸਾਂ ਪੜਾਈਆਂ ਨਹੀਂ ਪੜਾਈਆਂ ਸੀ ਪੜਾਈਆਂ ਸੱਚ ਤੈਨੂੰ ਤੂੰ 10 ਪੜੀ ਖੂਜ ਪਾਈਆਂ ਮੈਂ ਤੇ ਮੈਂ ਤੂੰ ਪੜ ਕੇ ਖੂਜ ਪਾਈਆਂ ਅਮਗੇ ਤੂੰ ਪੜ ਕੇ ਖੂਜ ਪਾਈਆਂ ਆ ਵੇਖ ਲੈ ਆ ਕੀ ਆ ਕੋਈ ਸਿਆਣਾ ਬਣਾ ਚਾਰ ਬੰਦੇ ਖਿੱਚ ਖਿੱਚ ਕੇ ਤੇ ਜੋੜ ਤੇ ਜੁੜਦਾ ਕਿਉਂ ਨਹੀਂਗਾ ਪਲਾਸਟਿਕ ਨਾਲ ਇੱਥੇ ਖਿੱਚ ਕੇ ਉਧਰ ਕਰਦਾ ਆਹਾਂ ਜਦੋਂ ਜੋੜ ਨਾ ਤੋਪੇ ਲਾਏਗਾ ਦੇਖੋ ਫਿਰ ਵੀ ਆ ਜਾਊਗਾ ਮੰਜੇ ਤੇ ਹਰ ਵਾਰ ਪੁੱਤ ਨਹੀਂ ਗਲਤ ਹੁੰਦੇ ਕਿਹਦੀ ਮਾਵਾਂ ਵੀ ਗਲਤ ਹੁੰਦੀਆਂ ਤੁਹਾਡੇ ਸਾਹਮਣੇ ਆ ਉਹ ਗਲਤ ਤੇ ਕੀ ਮਾਵਾਂ ਗਲਤ ਸੀ ਤੇ ਜੇ ਮੈਂ ਖਿੱਚ ਕੇ ਪੂਰਾ ਕਰਦਾ ਤਾਂ ਫੇਰ ਜੇ ਮੈਂ ਖਿੱਚ ਕੇ ਪੂਰਾ ਕਰਦਾ ਫੇਰ ਕਰ 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 ਉਹ ਮੈਂ ਵੇਖਦਾ ਚੱਲ ਇੱਕ ਵਾਰ ਕੁੜੀਏ ਖਿੱਚ ਇਧਰ ਪਾੜ ਦੋ ਖਿੱਚ ਖਿੱਚ ਕੇ ਪਾੜ ਦੋ ਇਹਨੂੰ ਪੂਰਾ ਕਿੱਥੋਂ ਆ ਗਿਆ
ਬਹਾਨੇ ਨਾ ਲਾਓ ਕਹਿੰਦੇ ਅਰਗ ਜੂਰ ਦਾ ਸਪੂਰਾ ਹੁੰਦਾ ਕਿ ਧੱਕਾ ਕਰਦੇ ਆ ਤੇ ਕੱਟਿਆ ਤੂੰ ਕਿ ਮੈਂ ਕਿਹੜੇ ਕੰਜਰ ਨੇ ਕੱਟਿਆ ਗੁੱਗੂ ਨੇ ਇਹਨੇ ਕੱਟਿਆ ਮੈਂ ਨਹੀਂ ਕੱਟਿਆ ਮੰਮੀ ਕਟਾਇਆ ਤੂੰ ਸਗੋਂ ਉਹਨੇ ਤੇ ਇੰਚੋਰ ਵੱਧ ਰੱਖਿਆ ਆ ਵੇਖ ਲਓ ਇਹਨਾਂ ਦੇ ਕੰਮ ਤੇ ਫਿਰ ਤੁਹਾਨੂੰ ਵੀ ਪਤਾ ਸੀ ਵੀ ਮੰਜਾ ਚੌੜਾ ਵਾ ਤੇ ਲੰਮਾ ਤਾਂ ਮਿਲ ਗਿਆ ਤੁਸੀਂ ਤੇ ਚੌੜੇ ਦਾ ਵੱਧ ਰੱਖਣਾ ਨਹੀਂ ਸੀ ਗੇਟ ਉਹ ਕਿਹਨੇ ਰੱਖਣਾ ਸੀ ਉਹ ਗੱਲ ਸੱਚੀ ਹੈ 100 ਦਿਨ ਚੋਰ ਦਾ ਇੱਕ ਦਿਨ ਸਾਦਾ ਗਲਤੀ ਹੋ ਗਈ ਮੰਨ ਲਾ ਕਿਉਂ ਮੈਂ ਮੰਨਾਂ ਆ ਵੇਖ ਲਓ ਪਾਲੇ ਦੀ ਲਾਦ ਜੋ ਤੁਹਾਨੂੰ ਪਤਾ ਸੀ ਲੰਮਾ ਹੈ ਖਿੱਚਿਆ ਇਹ ਚੌੜਾ ਹੋਣਾ ਤੇ ਕਟੂਗਾ ਤੁਸੀਂ ਕਿਉਂ ਨਹੀਂ ਗੇਟ ਵੱਧ ਰੱਖਿਆ ਤੁਸੀਂ ਨੋਟ ਦਾ ਵੇ ਕਿ ਮੇਰੀ ਬਹੂ ਕੀ ਕਹੂਗੀ ਉਹ ਅਗਲੀ ਕੈਨੇਡਾ 'ਚ ਬੈਠੀ ਹੋਊਗੀ ਇਸ ਟਾਈਮ ਕੀ ਕਹੂਗੀ ਨਾ ਕੰਮ ਨਹੀਂ ਕਰਨਾ ਹੋਣਾ ਤੈਨੂੰ ਕਰਨਾ ਵੀ ਕੀ ਆਉਂਦਾ ਸੌਰੀ ਬੇਬੀ ਤੂੰ ਇਹਨੂੰ ਲਾ ਪਾਉਂਦੇ ਮੈਂ ਇਹਨੂੰ ਬੇਬੀ ਕਹਤਾ ਵੇਲਾ ਇਹਨੂੰ ਫੇਰ ਉਹਦੇ ਤੇ ਚੜਾ ਦੇ ਹੁਣ ਫੇਰ ਉਹਦੇ ਦੀ ਕੱਟ ਹੋਰ ਅੱਗ ਲੱਗੇ ਕਦੇ ਲਾ ਲਓ ਕਦੇ ਪੱਧਰ ਚੜਾ ਲਓ ਉੱਧਰ ਲਾ ਲਓ ਸਾਹ ਰਗਣੇ ਚੜਦਾ ਬੜਾ ਸਾਹ ਚੜਦਾ ਬੜਾ ਤੇਰੀ ਬੇਦਣੇ ਚ ਬਾਹ ਆਈ ਹੈ ਜੀ ਤੂੰ ਲਾ ਇਹਨੂੰ ਦੁਬਾਰਾ ਤੇ ਤੂੰ ਆਖਰ ਆਈ ਸੀ ਵਲੌਗ ਬਣਾਉਣਾ ਬੱਜਿਆ ਦੇ ਚੜਾਉਣ ਦਾ ਚੜਾ ਲਾ ਹੁਣ ਤੂੰ ਵਲੌਗ ਬਣਾ ਲਾ ਕਿੰਨੇ ਆਲਰੇਡੀ ਹੋ ਚੁੱਕੇ ਨੇ ਲਓ ਜੀ ਸਾਰੇ ਬੰਦੇ ਆ ਇਹਨਾਂ ਨੂੰ ਕੱਪੜਾ ਵੀ ਲੱਗ ਚੁੱਕਾ ਇੱਕ ਰਹਿ ਗਿਆ ਬਸ ਗੁਣ ਵੀ ਲਿਆ ਕੱਪੜਾ ਵੀ ਲੱਗ ਗਿਆ ਇਹ ਕਦੇ ਮੰਜੇ ਐਕਸਟਰਾ ਲੈ ਹੋਏ ਆ ਜਿਵੇਂ ਕਿ ਛੋਟੇ ਮੰਜੇ ਬਣਾਏ ਆ ਆਪਾਂ ਜਸਪਾਲ ਜੀ ਦੇ ਆਪਣੇ ਨਿੱਕੂ ਜੀ ਦੇ ਹਾਂ ਸੋ ਇਸੇ ਦੇ ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਾ ਲਿਓ ਥੈਂਕਸ ਟੂ ਬਟਨ ਕਲਿੱਕ ਕਰਕੇ ਤੁਸੀਂ ਕਮੈਂਟ ਪਿਨ ਕਰ ਸਕਦੇ ਹੋ ਲਵ ਯੂ ਆਲ ਸਾਰਿਆਂ ਨੂੰ ਗੁੱਡ ਬਲੈਸ